ਪਰਾਲੀ ਬੰਪਰ ਜਿਹੜਾ ਚੱਲ ਰਿਹਾ ਪੰਜਾਬ ਸਰਕਾਰ ਦਾ, ਔਰ ਲੋਕ ਤੁਸੀਂ ਵੇਖ ਸਕਦੇ ਮੈਨੂੰ ਦਿਖਾਇਓ ਮਾੜਾ ਜਿਹਾ, ਬਾਹਰ ਵੀ ਜਿਹੜੀ ਪੂਰੀ ਵੱਡੀ ਲਾਈਨ ਲੱਗੀ ਹੋਈ ਹੈ ਅਤੇ ਇੱਥੇ ਅੰਦਰ ਵੀ ਪੰਡਿਤ ਜੀ ਕੁੰਡਲੀ ਦੇ ਹਿਸਾਬ ਨਾਲ ਅਗਲੀ ਦੀ ਰਾਸ਼ੀ ਦੇ ਹਿਸਾਬ ਨਾਲ ਜਿਹੜਾ ਹੈਗਾ ਟਿਕਟਾਂ ਦੇ ਰਹੇ ਨੇ। ਅੱਛਾ, ਡੱਬ ਵਾਲੀ ਤੋਂ ਆਏ ਹੋ ਅਤੇ ਕੀ ਲੱਗਦਾ ਜਿਵੇਂ ਪੰਡਿਤ ਜੀ ਟਿਕਟਾਂ ਦੇ ਰਹੇ ਨੇ ਤੁਹਾਡੀ ਰਾਸ਼ੀ ਦੇ ਹਿਸਾਬ ਨਾਲ ਲੱਗਦਾ ਕੁਛ ਬਣ ਸਕਦਾ? ਅੱਗੇ ਪਾਈਆਂ ਜੀ ਪਹਿਲਾਂ ਜੀ। ਬਠਿੰਡੇ ਤੋਂ ਆਏ ਹੋ? ਅੱਛਾ, ਕਹਿਣ ਦਾ ਮਤਲਬ ਵੀ ਤੁਸੀਂ ਅੱਜ ਆਏ ਹੋ ਟਿਕਟਾਂ ਪਾਉਣ ਆਏ ਹੋ? ਅੱਛਾ, ਕੀ ਵੀਡੀਓ ਦੇਖੀ ਸੀ, ਕਿੱਥੋਂ ਪਤਾ ਲੱਗਿਆ? ਵੀਡੀਓ ਦੇਖੀ ਮੈਂ। ਅੱਛਾ, ਫਿਰ ਠੀਕ ਹੈ। ਸੋਚ ਹੁੰਦੀ ਹੈ ਵੀ ਪੰਡਿਤ ਜੀ ਕੋਲ ਟਿਕਟ ਪਾਈ ਹੈ, ਪੰਡਿਤ ਜੀ ਕੋਲ ਨਾਮ ਲੱਗਦੇ ਨੇ, ਹਨਾ, ਜਾਂ ਕਿਸੇ ਨੇ ਪਰਮਾਤਮਾ ਨੇ ਕਿਸੇ ਦਾ ਨਾਮ ਕਰਨਾ ਹੋਵੇ ਤਾਂ ਆਟੋਮੈਟਿਕ ਨਾਮ ਲੱਗਦੇ ਨੇ। ਕਹਿੰਦੇ ਪੁੱਠਾ ਕੰਮ ਕਰੇ ਤਾਂ ਉਹ ਵੀ ਸਿੱਧਾ ਹੋ ਜਾਂਦਾ, ਹਨਾ। ਜੋ ਮੈਂ ਕਿਹਾ ਉਹ ਪਰਮਾਤਮਾ ਮੇਰੀ ਲਾਜ ਰੱਖ ਰਿਹਾ, ਜਿਹਨਾਂ ਨੂੰ ਕਹਿਣੇ ਉਹਨਾਂ ਨੂੰ ਨਾਮ ਲੱਗ ਰਿਹਾ। ਪੰਜ ਸੱਤ ਮਿੰਟ ਹੀ ਹੋਏ ਨੇ ਆਇਆਂ ਤਾਂ ਤੁਹਾਡੇ ਤੋਂ ਪਹਿਲਾਂ ਹੀ ਇੱਥੇ ਮੇਰੇ ਨਾਲ 25-30 ਲੋਕ ਖੜੇ ਸੀ, ਹਨਾ। ਕੀ ਲੱਗਦਾ ਵਿਸ਼ਵਾਸ ਲੋਕਾਂ ਨੂੰ ਹੈਗਾ ਤੁਹਾਡੇ 'ਤੇ? ਤਾਂ ਆਪਾਂ ਤੈਨੂੰ ਦੇਖ ਹੀ ਲਿਆ, ਹਨਾ। ਕਿਵੇਂ ਲੱਗਦਾ ਕਿ ਜਿਹੜੇ ਰਾਸ਼ੀਆਂ ਨੇ ਕੰਮ ਕਰਦੀਆਂ ਨੇ? ਵਿਸ਼ਵਾਸ ਤਾਂ ਇੱਕ ਪਾਸੇ ਜੀ ਲੋਕਾਂ ਦਾ ਪਿਆਰ ਆ, ਜੇ ਉਰੇ ਆ ਦੁਕਾਨ 'ਚ ਬੈਠੇ ਵੀ ਲੋਕਾਂ ਦਾ ਪਿਆਰ, ਇਹਨਾਂ ਦਾ ਪਿਆਰ ਆ। ਕਿਉਂਕਿ ਪਹਿਲਾਂ ਅਸੀਂ ਕੁੰਭ ਰਾਸੀ ਗਏ, ਅਸੀਂ ਕੁੰਭ ਰਾਸੀ ਦਾ ਯੋਗ ਬਣਦਾ, ਜੋ ਕਰੋੜਪਤੀ ਬਣੂਗਾ ਕੁੰਭ ਰਾਸੀ ਦੇ ਵਿੱਚ ਜਾਊਗਾ, ਪਰ ਜੋ ਇਸ ਵਾਰ ਯੋਗ ਬਣ ਰਿਹਾ ਪਲੱਸ ਮੇਸ ਰਾਸੀ ਅਤੇ ਕੁੰਭ ਰਾਸੀ, ਇਹਦੇ ਵਿੱਚ ਗੱਗਾ, ਸੱਸਾ, ਦੱਦਾ, ਚੱਚਾ, ਲੱਲਾ ਅਤੇ ਆੜਾ, ਇਹ ਨਾਮ ਅਕਸਰ ਆਉਂਦੇ ਨੇ। ਜਿਨ੍ਹਾਂ ਵੀਰਾਂ ਦੇ ਨਾਮ ਤੋਂ ਸ਼ੁਰੂ ਹੁੰਦਾ ਉਹ ਟਿਕਟ ਪਾ ਸਕਦੇ ਨੇ। ਉਹਦੇ ਲਈ ਅਸੀਂ ਕੋਂਬੋ ਪੈਕ ਰੱਖਿਆ 1799 ਰੁਪਏ ਦਾ। ਭਾਜੀ, ਜੇ ਮੈਂ ਬਠਿੰਡੇ ਆਇਆ ਤਾਂ ਹੀ ਕੋਈ ਆਇਆ ਨਾ, ਜੇ ਬਠਿੰਡੇ ਦਾ ਕੋਈ ਚਾਂਸ ਆ ਨਾਮ ਲੱਗਣ ਦਾ ਤਾਂ ਹੀ ਆਇਆ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਡੀ ਡੀ ਪੰਜਾਬ ਤੇ। ਅੱਜ ਫਿਰ ਅਸੀਂ ਪਹੁੰਚੇ ਹਾਂ ਅਮਰਗੜ੍ਹ, ਪੰਡਿਤ ਜੀ ਲੋਟਰੀ ਵਾਲੇ, ਸਰਕਾਰੀ ਲੋਟਰੀ ਵਾਲੇ। ਤੁਸੀਂ ਕਾਫੀ ਮਸ਼ਹੂਰ ਨੇ, ਤੁਸੀਂ ਵੇਖਿਆ ਹੁਣ ਆਮ ਤੌਰ ਤੇ ਫੇਸਬੁੱਕ ਦੇ ਉੱਤੇ ਤੁਸੀਂ ਵੀਡੀਓਜ਼ ਦੇਖਦੇ ਰਹਿੰਦੇ ਹੋ। ਅੱਜ ਫਿਰ ਗੱਲਬਾਤ ਕਰਾਂਗੇ, ਪਹਿਲਾਂ ਤੁਹਾਨੂੰ ਦੱਸਦੀ ਦੀਵਾਲੀ ਬੰਪਰ ਜਿਹੜਾ ਚੱਲ ਰਿਹਾ ਪੰਜਾਬ ਸਰਕਾਰ ਦਾ, ਔਰ ਲੋਕ ਤੁਸੀਂ ਵੇਖ ਸਕਦੇ ਮੈਨੂੰ ਦਿਖਾਇਓ ਮਾੜਾ ਜਿਹਾ, ਬਾਹਰ ਵੀ ਜਿਹੜੀ ਪੂਰੀ ਵੱਡੀ ਲਾਈਨ ਲੱਗੀ ਹੋਈ ਹੈ ਅਤੇ ਇੱਥੇ ਅੰਦਰ ਵੀ ਪੰਡਿਤ ਜੀ ਕੁੰਡਲੀ ਦੇ ਹਿਸਾਬ ਨਾਲ ਅਗਲੀ ਦੀ ਰਾਸ਼ੀ ਦੇ ਹਿਸਾਬ ਨਾਲ ਜਿਹੜਾ ਹੈਗਾ ਟਿਕਟਾਂ ਦੇ ਰਹੇ ਨੇ। ਅਤੇ ਥੋੜ੍ਹੀ ਜਿਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕਿਸ ਤਰ੍ਹਾਂ ਇਹ ਕੰਮ ਕਰਦੇ ਨੇ ਅਤੇ ਕਿਸ ਤਰ੍ਹਾਂ ਤੁਸੀਂ ਆਪਣੀ ਟਿਕਟ ਲੈ ਸਕਦੇ ਹੋ ਅਤੇ ਕਰੋੜਪਤੀ ਬਣ ਸਕਦੇ ਹੋ, ਕਿਉਂਕਿ ਆਪਣੀ ਕਿਸਮਤ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਇਹਦੇ ਵਿੱਚ। ਆਪਣੀ ਜਿਹੜੀ ਰਾਸ਼ੀ ਹੁੰਦੀ ਆ ਉਹਦਾ ਬਹੁਤ ਮਹੱਤਵਪੂਰਨ ਜਿਹੜਾ ਸਥਾਨ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚ, ਕਰੋੜਪਤੀ ਬਣਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਨਾ ਰਹੇ ਜੀ। ਇਸ ਕਰਕੇ ਪੰਡਿਤ ਜੀ ਆਪਾਂ ਲੋਕਾਂ ਨਾਲ ਗੱਲਬਾਤ ਕਰ ਲੈਂਦੇ ਹਾਂ, ਆਖਿਰ ਕਿਸ ਤਰ੍ਹਾਂ ਲੋਕ ਅੱਜ ਇੱਥੇ ਆਏ ਹੋਏ ਨੇ ਦੀਵਾਲੀ ਬੰਪਰ ਚਾਰ ਚੱਲ ਰਿਹਾ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਏ ਤੁਸੀਂ? ਅਸੀਂ ਡੱਬ ਵਾਲੀ ਤੋਂ ਆਏ ਜੀ। ਅੱਛਾ, ਡੱਬ ਵਾਲੀ ਤੋਂ ਆਏ ਹੋ ਅਤੇ ਕੀ ਲੱਗਦਾ ਜਿਵੇਂ ਪੰਡਿਤ ਜੀ ਟਿਕਟਾਂ ਦੇ ਰਹੇ ਨੇ ਤੁਹਾਡੀ ਰਾਸ਼ੀ ਦੇ ਹਿਸਾਬ ਨਾਲ ਲੱਗਦਾ ਕੁਛ ਬਣ ਸਕਦਾ? ਹਾਂਜੀ ਹਾਂਜੀ, ਅੱਗੇ ਪਾਈਆਂ ਜੀ ਪਹਿਲਾਂ ਜੀ ਅਸੀਂ, ਉਹ ਤਾਂ ਨਹੀਂ ਨਿਕਲੇ ਉੱਥੇ ਪਾਈਆਂ ਸੀ, ਔਨਲਾਈਨ ਪਾਈਆਂ ਸੀ ਜੀ। ਅੱਛਾ, ਸਪੈਸ਼ਲ ਮਿਲਣ ਆਏ ਇਸ ਵਾਸਤੇ, ਰਾਸ਼ੀ ਵਾਸਤੇ ਜੀ। ਅਤੇ ਟਿਕਟਾਂ ਵੀ ਪਾ ਕੇ ਜਾਊਂਗੇ ਜੀ? ਹਾਂ, ਪਾ ਕੇ ਜਾਵਾਂਗੇ। ਠੀਕ ਹੈ, ਆਪਾਂ ਕਿੱਥੋਂ ਆਏ ਜੀ? ਬਠਿੰਡੇ ਜੀ। ਅਤੇ ਬਠਿੰਡੇ ਤੋਂ ਆਏ ਹੋ? ਅੱਛਾ, ਕਹਿਣ ਦਾ ਮਤਲਬ ਵੀ ਤੁਸੀਂ ਅੱਜ ਆਏ ਹੋ ਟਿਕਟਾਂ ਪਾਉਣ ਆਏ ਹੋ? ਹਾਂ, ਟਿਕਟ ਪਾਉਣ ਆਏ। ਅੱਛਾ, ਕੀ ਵੀਡੀਓ ਦੇਖੀ ਸੀ, ਕਿੱਥੋਂ ਪਤਾ ਲੱਗਿਆ? ਵੀਡੀਓ ਦੇਖੀ ਮੈਂ। ਅੱਛਾ, ਫਿਰ ਠੀਕ ਹੈ, ਓਕੇ। ਤਾਂ ਬਿਲਕੁਲ ਲੋਕ ਜਿਹੜੇ ਦੀਵਾਲੀ ਬੰਪਰ ਖਰੀਦਣ ਆਏ ਹੋਏ ਨੇ। ਬਾਈ ਜੀ, ਸਤਿ ਸ਼੍ਰੀ ਅਕਾਲ। ਕਿੱਥੋਂ ਆਏ ਹੋ? ਅਸੀਂ ਲੋਕਲ ਹੀ। ਅੱਛਾ, ਲੋਕਲ ਹੀ ਹੋ? ਹਾਂਜੀ। ਅੱਛਾ, ਟਿਕਟਾਂ ਪਾਉਣ ਆਏ ਹੋ? ਹਾਂਜੀ। ਪਹਿਲਾਂ ਵੀ ਪਾਉਣੇ ਹੋ ਕਿ ਅਸੀਂ ਤਾਂ ਪਹਿਲਾਂ ਪੰਡਿਤ ਜੀ ਨੂੰ ਸੁਣਦੇ ਸੀ, ਉੱਥੇ ਅਮਰਗੜ੍ਹ ਜਾਣਾ ਔਖਾ ਸੀਗਾ। ਅਸੀਂ ਕੱਲ੍ਹ ਜਦੋਂ ਵੀਡੀਓ ਦੇਖੀ ਵੀ ਬਠਿੰਡੇ ਆ ਰਹੇ ਆ, ਅਤੇ ਫਿਰ ਅਸੀਂ ਵੀ ਸੋਚਿਆ ਵੀ ਮੌਕਾ ਮਿਲ ਰਿਹਾ ਅਤੇ ਕਿਉਂ ਨਾ ਫਾਇਦਾ ਉਠਾਈਏ। ਠੀਕ ਹੈ। ਹਾਂ, ਤਾਂ ਬਿਲਕੁਲ ਦੋਸਤੋ, ਲੋਕ ਜਿਹੜੇ ਨੇ ਅੱਜ ਉਹ ਪਹੁੰਚੇ ਹੋਏ ਨੇ ਜਿਹੜਾ ਟਿਕਟਾਂ ਲੈਣ ਦੇ ਲਈ। ਬਾਹਰ ਵੀ ਤੁਹਾਨੂੰ ਦੱਸ ਦਈਏ ਕਾਫੀ ਸਾਰੇ ਲੋਕ ਇੱਥੇ ਖੜ੍ਹੇ ਹੋਏ ਨੇਗੇ। ਠੀਕ ਹੈ, ਤਾਂ ਵੇਖ ਸਕਦੇ ਹੋ ਹੋਰ ਲੋਕ ਵੀ ਆ ਰਹੇ ਨੇ, ਪਿੱਛੇ ਤੁਸੀਂ ਵੇਖ ਸਕਦੇ ਹੋ। ਅਤੇ ਅੱਜ ਜਿਹੜਾ ਹੈਗਾ ਅੱਜ ਬਠਿੰਡੇ ਪਹੁੰਚੇ ਨੇ, ਆਮ ਤੌਰ 'ਤੇ ਅਮਰਗੜ੍ਹ ਬੈਠਦੇ ਨੇ ਪੰਡਿਤ ਜੀ, ਅਤੇ ਆਪਾਂ ਗੱਲਬਾਤ ਵੀ ਕਰਾਂਗੇ ਕਿ ਆਖਿਰ ਕਿਸ ਤਰ੍ਹਾਂ ਤੁਸੀਂ ਟਿਕਟ ਵੀ ਲੈ ਸਕਦੇ ਹੋ, ਤੁਸੀਂ ਔਨਲਾਈਨ ਵੀ ਲੈਣੀ ਹੈ, ਤੁਹਾਡੇ ਸ਼ਹਿਰ 'ਚ ਕਿਸ ਦਿਨ ਆਉਣਗੇ ਉਹ ਵੀ ਅੱਜ ਲੱਗ ਜੂਗਾ ਪਤਾ। ਅਤੇ ਬਾਈ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿੱਥੋਂ ਆਏ ਹੋ?
ਮੈਂ ਬਠਿੰਡਾ ਤੋਂ ਲੋਕਲ ਨਹੀਂ ਹਾਂ ਜੀ। ਅੱਛਾ ਬਠਿੰਡੇ ਤੋਂ ਹੀ ਹੋ? ਹਾਂਜੀ ਹਾਂਜੀ। ਦੇਖ ਰਹੇ ਕਿਹਦੇ ਪਹਿਲਾਂ ਵੀਡੀਓ ਦੇਖ ਰਹੇ ਸੀ ਪੰਡਤ ਜੀ? ਵੀਡੀਓ ਰਾਹੀਂ ਦੇਖਿਆ ਸੀਗਾ ਜੀ ਮੈਂ ਜੀ, ਨਾਓ ਪੰਜਾਬ ਚੈਨਲ ਤੋਂ ਜੀ। ਠੀਕ ਹੈ। ਹਾਂਜੀ, ਉਹਨਾਂ ਦੇਖ ਕੇ ਮੈਂ ਇੱਥੇ ਆਇਆ ਸੀਗਾ ਜੀ ਮੈਂ ਜੀ। ਅੱਛਾ ਹਾਂਜੀ। ਤੇ ਫਸਟ ਟਾਈਮ ਮਤਲਬ ਮੈਂ ਬਾਰੇ ਜੀ? ਫਸਟ ਟਾਈਮ ਬਾਰੇ? ਹਾਂਜੀ ਹਾਂਜੀ, ਫਸਟ ਟਾਈਮ ਬਾਰੇ ਜਨਰਲ। ਠੀਕ ਹੈ। ਤਾਂ ਬਿਲਕੁਲ ਦੋਸਤੋ, ਦੀਵਾਲੀ ਬੰਪਰ ਪੰਡਤ ਜੀ ਦਾ ਆਪਾਂ ਗੱਲਬਾਤ ਕਰਾਂਗੇ, ਕਿਹੜੇ ਕਿਹੜੇ ਆ ਜਿਹੜੀਆਂ ਟਿਕਟਾਂ ਇਸ ਵੇਲੇ ਚੱਲ ਰਹੀਆਂ ਨੇ ਥੋੜੇ ਇਧਰੋਂ ਵੀ। ਸਤਿ ਸ਼੍ਰੀ ਅਕਾਲ ਜੀ ਪੰਡਤ ਜੀ। ਸਤਿ ਸ਼੍ਰੀ ਅਕਾਲ ਵੀਰੇ, ਠੀਕ ਹੋ ਜੀ? ਬਹੁਤ ਵਧੀਆ, ਕਿਰਪਾ ਤੁਹਾਡੀ ਦੇ ਲੋਕਾਂ ਦੇ ਪੈਣਾ ਪ੍ਰਮਾਣ ਚਾਹੁੰਦੇ। ਹਾਂਜੀ, ਪਹਿਲਾਂ ਤਾਂ ਤੁਸੀਂ ਅੱਜ ਬਠਿੰਡੇ ਆਏ ਹੋ ਹਨਾ, ਅਮਰਗੜ੍ਹ ਬੈਠਦੇ ਹੋ, ਅਮਰਗੜ੍ਹ ਆਪਣਾ ਕੀ ਐਡਰੈਸ ਹੈ? ਅਮਰਗੜ੍ਹ ਆਪਣਾ ਵੀਰੇ ਨੀਅਰ ਗੁਰਦੁਆਰਾ ਸਿੰਘ ਸਭਾ, ਮਲੇਰਕੋਟਲਾ ਡਿਸਟ੍ਰਿਕਟ, ਪੰਡ ਲੋਟਰੀ ਏਜੰਸੀ। ਠੀਕ ਹੈ। ਅੱਛਾ, ਤੁਸੀਂ ਬਠਿੰਡੇ ਆਏ ਹੋ, ਵੈਸੇ ਹੋਰ ਵੀ ਸਾਰਾ ਜਾ ਰਹੇ ਹੋ? ਨਹੀਂ ਨਹੀਂ, ਜਿਹੜਾ ਸਾਡਾ ਮੇਨ ਆਫਿਸ ਆ ਉਹ ਤਾਂ ਹੈਗਾ ਅਮਰਗੜ੍ਹ ਵੀਰੇ। ਠੀਕ ਹੈ। ਅਤੇ ਜਿੱਦਾਂ ਲੁਧਿਆਣੇ ਸਾਡਾ ਸ਼ਨੀਵਾਰ ਦਾ ਟਾਈਮ ਹੁੰਦਾ, ਸ਼ੌਪ ਨੰਬਰ 40 ਘੰਟਾ ਘਰ ਜੀ ਡੀ ਬੀ ਮਾਰਕੀਟ, ਉਹ ਸਾਡਾ ਹਰ ਇੱਕ ਸ਼ਨੀਵਾਰ ਅਸੀਂ ਉੱਥੇ ਮਿਲਾਂਗੇ। ਜਿਹੜੇ ਅਲੱਗ ਅਲੱਗ ਸ਼ਹਿਰਾਂ ਦੇ ਜਾਣ ਦਾ ਪ੍ਰੋਸੈਸ ਆ, ਉਹ ਇਹ ਵੀ ਕਈ ਬਜ਼ੁਰਗ ਲੋਕ ਜਾਂ ਕਈ ਕੰਮਕਾਰ ਵਾਲੇ ਜਿੱਦਾਂ ਕੋਈ ਜੋਬ ਵਗੈਰਾ ਕਰਦੇ, ਉਹਨਾਂ ਤੋਂ ਸਾਡੇ ਕੋਲ ਨਹੀਂ ਆ ਜਾਂਦਾ ਦੂਰ, ਹੈ ਨਾ। ਹਰ ਇੱਕ ਦੀ ਸੋਚ ਹੁੰਦੀ ਆ ਵੀ ਪੰਡਿਤ ਜੀ ਕੋਲ ਟਿਕਟ ਪਾਈਏ, ਪੰਡਿਤ ਜੀ ਕੋਲ ਨਾਮ ਲੱਗ ਦਿੰਦੇ, ਹੈ ਨਾ, ਜਾਂ ਕਿਸੇ ਨੇ ਪਰਮਾਤਮਾ ਨੇ ਕਿਸੇ ਦਾ ਨਾਮ ਕਰਨਾ ਹੋਵੇ ਤਾਂ ਆਟੋਮੈਟਿਕ ਨਾਮ ਲੱਗਦੇ ਨੇ, ਕਹਿੰਦੇ ਪੁੱਠਾ ਕੰਮ ਕਰੇ ਤਾਂ ਉਹ ਵੀ ਸਿੱਧਾ ਹੋ ਜਾਂਦਾ, ਹੈ ਨਾ। ਜੋ ਮੈਂ ਕਿਹਾ ਉਹ ਪਰਮਾਤਮਾ ਮੇਰੀ ਲਾਜ ਰੱਖ ਰਿਹਾ, ਜਿਨ੍ਹਾਂ ਨੂੰ ਕਹਿਣੇ ਉਹਨਾਂ ਨੂੰ ਨਾਮ ਲੱਗ ਰਿਹਾ। ਤੇ ਇਸ ਕਰਕੇ ਬਠਿੰਡੇ ਕਾਫੀ ਲੋਕਾਂ ਦੀ ਡਿਮਾਂਡ ਸੀ ਵੀ ਸਾਨੂੰ ਉਰੇ ਆ ਕੇ ਪੰਡਿਤ ਟਿਕਟਾਂ ਦੇ ਕੇ ਜਾਓ, ਤੇ ਉਹਦੇ ਕਰਕੇ ਫਿਰ ਆਪਾਂ ਅੱਜ ਉਰੇ ਮੰਗਲਵਾਰ 24 ਤਰੀਕ ਨੂੰ ਅੱਜ ਉਰੇ ਆਏ ਹਾਂ, ਸਬਜ਼ੀ ਮੰਡੀ 'ਚ 42 ਨੰਬਰ ਸ਼ੌਪ 'ਤੇ ਨੀਅਰ ਯੂਨੀਅਨ ਬੈਂਕ, ਅਤੇ ਬਾਕੀ ਦਿਨ ਮੈਂ ਰੂਟੀਨ ਦੇ ਵਿੱਚ ਅਮਰਗੜ੍ਹ ਮਿਲਦਾ ਜੀ। ਠੀਕ ਹੈ, ਠੀਕ ਹੈ ਜੀ। ਅੱਛਾ, ਤੁਸੀਂ ਤੁਹਾਨੂੰ ਇਹ 5-7 ਮਿੰਟ ਹੀ ਹੋਏ ਨੇ ਆਏ, ਤਾਂ ਤੁਹਾਡੇ ਤੋਂ ਪਹਿਲਾਂ ਹੀ ਇੱਥੇ ਮੇਰੇ ਸਾਨੂੰ 25-30 ਲੋਕ ਖੜ੍ਹੇ ਸੀ, ਹੈ ਨਾ, ਕੀ ਲੱਗਦਾ ਹੈ ਵਿਸ਼ਵਾਸ ਲੋਕਾਂ ਨੂੰ ਹੈਗਾ ਤੁਹਾਡੇ 'ਤੇ? ਤਾਂ ਆਪਾਂ ਚਲੋ ਦੇਖ ਹੀ ਲਿਆ, ਹੈ ਨਾ, ਕਿਵੇਂ ਲੱਗਦਾ ਕਿ ਜਿਹੜੇ ਰਾਸ਼ੀਆਂ ਨੇ ਕੰਮ ਕਰਦੀਆਂ ਨੇ? ਵਿਸ਼ਵਾਸ ਤਾਂ ਇੱਕ ਪਾਸੇ ਜੀ ਲੋਕਾਂ ਦਾ ਪਿਆਰ ਆ, ਜੇ ਉਰੇ ਆ ਦੁਕਾਨ 'ਚ ਬੈਠਾ ਵੀ ਲੋਕਾਂ ਦਾ ਪਿਆਰ, ਇਹਨਾਂ ਦਾ ਪਿਆਰ ਆ। ਠੀਕ ਹੈ, ਮੈਂ ਕੋਈ ਪਹਿਲਾਂ ਨਹੀਂ ਇਹਨਾਂ ਨੂੰ ਜਾਣਦਾ ਸੀ, ਮੈਨੂੰ ਤਾਂ ਟਿਕਟ ਲੈਣ ਗਏ ਨੇ ਉੱਥੇ, ਇਹਨਾਂ ਨੇ ਕਿਹਾ ਜੀ ਸਾਡੀ ਖੁਆਇਸ਼ ਆ ਵੀ ਪਾਂਡੀ ਸਾਡੇ ਆਫਿਸ ਦੇ ਵਿੱਚ ਆ ਕੇ ਟਿਕਟਾਂ ਦੇ ਕੇ ਜਾਓ। ਠੀਕ ਹੈ, ਇਹ ਪਿਆਰ ਆ ਲੋਕਾਂ ਦਾ, ਜਿੰਨੇ ਵੀ ਲੋਕ ਖੜੇ ਨੇ ਪਿਆਰ ਕਰਕੇ ਖੜੇ ਨੇ। ਲੋਟਰੀ ਦੁਕਾਨਾਂ ਹੋਰ ਵੀ ਬਹੁਤ ਨੇ, ਉੱਥੇ ਕੋਈ ਖੜਦਾ ਨਹੀਂ, ਇੱਥੇ ਵੇਟ ਕਰ ਰਿਹਾ। ਬਿਲਕੁਲ ਬਿਲਕੁਲ। ਠੀਕ ਹੈ, ਜੇ ਆਪਾਂ ਜੇ ਬੰਪਰ ਦੀ ਗੱਲ ਕਰੀਏ, ਕਿਹੜੇ ਕਿਹੜੇ ਲਾਟਰੀਆਂ ਇਸ ਵੇਲੇ ਚੱਲ ਰਹੀਆਂ? ਦੇਖੋ, ਲਾਟਰੀਆਂ ਤਾਂ ਸਾਰੀਆਂ ਤਕਰੀਬਨ ਚੱਲ ਰਹੀਆਂ ਨੇ, ਪਰ ਜਿਹੜੀ ਸਾਡਾ ਮੇਨ ਮੁੱਦਾ ਉਹ ਹੈਗਾ ਮੇਸ ਰਾਸੀ ਤੇ ਕੁੰਭ ਰਾਸੀ ਦਾ। ਓਕੇ। ਕਿਉਂਕਿ ਪਹਿਲਾਂ ਅਸੀਂ ਕੁੰਭ ਰਾਸੀ ਕਿਹਾ ਸੀ ਵੀ ਕੁੰਭ ਰਾਸੀ ਦਾ ਯੋਗ ਬਣਦਾ, ਯੋਗ ਕਰੋੜਪਤੀ ਬਣੂਗਾ ਕੁੰਭ ਰਾਸੀ ਦੇ ਵਿੱਚ ਜਾਊਗਾ, ਪਰ ਜੋ ਇਸ ਵਾਰ ਯੋਗ ਬਣ ਰਿਹਾ ਪਲੱਸ ਮੇਸ ਰਾਸੀ ਤੇ ਕੁੰਭ ਰਾਸੀ, ਇਹਦੇ ਵਿੱਚ ਗੱਗਾ, ਸੱਸਾ, ਦੱਦਾ, ਚੱਚਾ, ਲੱਲਾ ਤੇ ਆੜਾ, ਇਹ ਨਾਮ ਅਕਸਰ ਆਉਂਦੇ ਨੇ, ਜਿਨ੍ਹਾਂ ਵੀਰਾਂ ਦੇ ਨਾਮ ਤੋਂ ਸ਼ੁਰੂ ਹੁੰਦਾ ਉਹ ਟਿਕਟ ਪਾ ਸਕਦੇ ਨੇ। ਉਹਦੇ ਲਈ ਅਸੀਂ ਕੋਂਬੋ ਪੈਕ ਰੱਖਿਆ 1799 ਰੁਪਏ ਦਾ, ਜਿਸ ਦੇ ਵਿੱਚ ਏਵੀ ਦੇ ਦੀਵਾਲੀ ਬੰਪਰ ਦੀਆਂ 2 ਟਿਕਟਾਂ, 500 ਰੁਪਏ ਪੂਜਾ ਬੰਪਰ ਦਾ, 200 ਮੰਥਲੀ ਤੇ 100 ਮੰਥਲੀ ਡਰਾਅ ਆਊਗਾ, ਮਤਲਬ ਸਾਰੀਆਂ ਲਗਭਗ 3-4 ਟਿਕਟਾਂ। ਹਾਂਜੀ, ਉਹ ਜਾਣੀ 1800 ਰੁਪਏ ਦੇ ਵਿੱਚ 1799 ਦਾ ਕੋਂਬੋ ਪੈਕ ਉਹ ਪਾ ਸਕਦਾ, ਪਰ ਇਹਦੇ ਵਿੱਚ ਕੋਈ ਇਹ ਨਹੀਂ ਹੈਗੀ ਵੀ ਕੋਈ ਲਿਮਿਟ ਨਹੀਂ ਵੀ ਤੁਸੀਂ ਇੰਨੇ ਦੀ ਪਾਉਣੇ, ਉਹ ਤੁਹਾਡੀ ਜੇਬ ਦੀ ਇਜਾਜ਼ਤ ਆ, ਤੁਸੀਂ ਸਿੰਗਲ ਟਿਕਟ ਵੀ 500 ਦੀ ਪਾ ਸਕਦੇ ਹੋ, ਪਰ ਸਾਡਾ ਦੱਸਣਾ ਫਰਜ਼ ਹੈ ਵੀ ਭਾਈ ਤੁਹਾਡੀ ਰਾਸੀ ਨੂੰ ਸੂਟ ਕਰ ਰਿਹਾ। ਬਿਲਕੁਲ। ਤੇ ਇਸ ਵਾਰ ਜਿਹੜਾ ਨਾਮ ਲੱਗੂਗਾ ਮੇਸ ਰਾਸੀ ਤੇ ਕੁੰਭ ਰਾਸੀ ਨਹੀਂ ਲੱਗੂਗਾ, ਤੁਹਾਡੇ ਚੈਨਲ ਤੇ ਰਿਕਾਰਡ ਆ, ਤੁਸੀਂ ਬਾਅਦ ਦੇ ਵਿੱਚ ਵੀ ਇੰਟਰਵਿਊ ਕਰ ਸਕਦੇ, ਇੰਨਾ ਮੈਨੂੰ ਮੇਰੇ ਤੇ ਵਿਸ਼ਵਾਸ ਆ। ਵਾਹ ਜੀ ਵਾਹ। ਤਾਂ ਦੋਸਤੋ ਇੱਥੋਂ ਤੱਕ ਕਲੀਅਰ ਗੱਲ ਹੋ ਚੁੱਕੀ ਹੈ ਤੇ ਮੇਸ ਰਾਸੀ ਤੇ ਕੁੰਭ ਰਾਸੀ ਦੇ ਵਿੱਚ ਐਤਕੀ ਵੱਡਾ ਇਨਾਮ ਲੱਗਣ ਦੀ ਜਿਹੜੀ ਗੱਲ ਵਧੀ ਹੈ। ਪੰਡਿਤ ਜੀ, ਬਠਿੰਡੇ ਦਾ ਕੋਈ ਚਾਂਸ ਲੱਗ ਸਕਦਾ ਹੈ? ਭਾਅ ਜੀ, ਜੇ ਮੈਂ ਬਠਿੰਡੇ ਆਇਆ ਤਾਂ ਹੀ ਆਇਆ ਨਾ, ਜੇ ਬਠਿੰਡੇ ਦਾ ਕੋਈ ਚਾਂਸ ਆ ਨਾਮ ਲੱਗਣ ਦਾ ਤਾਂ ਹੀ ਆਇਆ ਜੀ, ਜੇ ਤਾਂ ਹੀ ਮੈਨੂੰ ਪਰਮਾਤਮਾ ਨੇ ਭੇਜਿਆ ਉਰੇ। ਮੈਂ ਆਉਣ ਵਾਲਾ ਕੋਈ ਨਹੀਂ, ਮੇਰੀ ਰੂਹ ਕਰੀ ਮੈਨੂੰ ਜਗ੍ਹਾ ਸੈਟਅਪ ਮਿਲਿਆ ਤਾਂ ਮੈਂ ਉਰੇ ਆ ਕੇ ਟਿਕਟਾਂ ਦੇ ਰਿਹਾ। ਕੀ ਪਤਾ ਬੰਦੇ ਖੜੇ ਨੇ ਇਹਨਾਂ 'ਚੋਂ ਕਿਸੇ ਵੀਰ ਨੇ 3 ਕਰੋੜ ਲੈ ਕੇ ਜਾਣਾ ਹੋਵੇ, ਪਤਾ ਥੋੜ੍ਹਾ ਕੁਛ। ਅੱਛਾ ਚਲੋ, ਅੱਜ ਇਹ ਹੋ ਸਕਦਾ ਤੁਸੀਂ ਜਦੋਂ ਵੀਡੀਓ ਚੱਲੂਗੀ ਤੁਸੀਂ ਬਠਿੰਡੇ ਨਹੀਂ ਹੋਣਾ, ਰਿਵਿਊ ਲੈ ਲਓ ਵੀ ਇਹਨਾਂ ਵੀਰਾਂ ਨੂੰ ਪੁੱਛੋ ਵੀ ਤੁਸੀਂ ਅਮਰਗੜ੍ਹ ਆ ਸਕਦੇ ਸੀ, ਤਕਰੀਬਨ ਅੱਧੇ ਵੀਰ ਕਹਿਣਗੇ ਨਹੀਂ ਆ ਸਕਦੇ ਸੀ, ਉਹ ਮੈਂ ਆ ਗਏ ਚੱਲ ਕੇ ਵਿਧੀ ਦਾ ਵਿਧਾਨ ਬਣਦਾ, ਕੀ ਪਤਾ ਕਿਸ ਤਰ੍ਹਾਂ ਇਹਨਾਂ ਕੋਲ ਟਿਕਟ ਜਾਣੀ ਆ ਜਿਹਦੇ ਵਿੱਚੋਂ ਫਸਟ ਪ੍ਰਾਈਜ਼ ਲੱਗਣਾ। ਬਿਲਕੁਲ, ਮੈਂ ਲੋਕਾਂ ਨੂੰ ਪੁੱਛਿਆ, ਲੋਕ ਕਹਿੰਦੇ ਅਸੀਂ ਵੇਖਦੇ ਸੀ ਵੀਡੀਓ, ਪਰ ਅੱਜ ਬਠਿੰਡਾ ਆਏ ਨੇ ਤਾਂ ਮਿਲ ਕੇ ਟਿਕਟ ਪਾ ਕੇ ਜਾਵਾਂਗੇ, ਹੈ ਨਾ, ਉੱਥੇ ਕਈ ਲੋਕ ਨਹੀਂ ਆ ਸਕਦੇ ਸੀਗੇ। ਨਹੀਂ, ਮੇਰੇ ਕਹਿਣ ਦਾ ਮਤਲਬ ਇਹ ਸੀਗਾ
ਵੀ ਤੁਸੀਂ ਅੱਜ ਬਠਿੰਡੇ ਆਏ ਹੋ, ਹੈ ਨਾ, ਲੋਕ ਤੁਹਾਡਾ ਬੜਾ ਸਤਿਕਾਰ ਕਰ ਰਹੇ ਨੇ, ਪਿਆਰ ਕਰ ਰਹੇ ਨੇ, ਤੁਸੀਂ ਕਹਿ ਰਹੇ ਹੋ ਬਠਿੰਡੇ ਦੇ ਵਿੱਚ ਚਾਂਸ ਵੀ ਹੈਗੇ ਨੇ ਲੱਗਣ ਦੇ, ਜਦੋਂ ਵੀਡੀਓ ਪੈਣੀ ਉਦੋਂ ਤੁਸੀਂ ਬਠਿੰਡੇ ਨਹੀਂ ਹੋਣਾ, ਉਦੋਂ ਉਸ ਤਰ੍ਹਾਂ ਕਿਸ ਤਰ੍ਹਾਂ ਲੈ ਸਕਦੇ ਨੇ ਲੋਕ? ਉਸ ਤੋਂ ਬਾਅਦ ਮੈਨੂੰ ਅਮਰਗੜ੍ਹ ਮਿਲ ਸਕਦੇ ਨੇ ਜੀ, ਅਤੇ ਸ਼ਨੀਵਾਰ ਮੈਨੂੰ ਮਿਲ ਸਕਦੇ ਨੇ ਲੁਧਿਆਣੇ। ਜਿਹੜਾ ਅਮਰਗੜ੍ਹ ਦਾ ਐਡਰੈਸ ਆ, ਮਲੇਰਕੋਟਲੇ ਜ਼ਿਲ੍ਹੇ 'ਚ ਆ, ਮਲੇਰਕੋਟਲੇ ਤੋਂ 15 ਕਿਲੋਮੀਟਰ ਹੈ, ਨਾਭੇ ਤੋਂ ਵੀ 15 ਕਿਲੋਮੀਟਰ, ਸੈਂਟਰ 'ਚ ਆ ਜਾਂਦਾ, ਸੈਂਟਰ ਦੇ ਵਿੱਚ ਹੀ ਆਪਣਾ ਔਫਿਸ ਹੈ। ਉਦੋਂ ਬਾਅਦ ਆਪਣਾ ਔਫਿਸ ਹੈਗਾ ਜੀ ਘੰਟਾ ਘਰ ਲੁਧਿਆਣਾ, ਜੀ ਡੀ ਬੀ ਮਾਰਕੀਟ, ਸ਼ੋਪ ਨੰਬਰ 40 'ਤੇ, ਲੁਧਿਆਣੇ ਦੇ ਵਿੱਚ। ਉੱਥੇ ਮੈਂ ਸ਼ਨੀਵਾਰ ਹੁੰਦਾ ਇਕੱਲਾ, ਹਰ ਸ਼ਨੀਵਾਰ ਇਹ ਦਿਨ ਮੈਨੂੰ ਉੱਥੇ ਮਿਲ ਸਕਦੇ ਨੇ। ਬਾਕੀ ਜਿਹੜਾ ਬਠਿੰਡੇ ਦਾ ਸੈਟਅਪ, ਉਹ ਅੱਜ ਦਾ ਦਿਨ ਤਾਂ ਹੈਗਾ ਹੀ ਹੈਗਾ, ਉਹ 24 ਤਰੀਕ ਦਾ, ਜੇ ਹੋ ਸਕਿਆ ਦੁਬਾਰੇ ਤਾਂ ਤੁਹਾਡੇ ਚੈਨਲ 'ਤੇ ਅਸੀਂ ਵੀਡੀਓ ਵਗੈਰਾ ਅਪਡੇਟ ਦੇ ਦਾਂਗੇ। ਬਿਲਕੁਲ। ਅੱਛਾ, ਜੇ ਕਿਸੇ ਨੇ ਔਨਲਾਈਨ ਪਾਉਣੀ ਹੋਵੇ ਕੋਈ, ਮੰਨ ਲਓ ਬਠਿੰਡੇ ਦਾ ਨਹੀਂ ਬਣਦਾ ਦੁਬਾਰਾ, ਤੁਸੀਂ ਕਹਿ ਰਹੇ ਹੋ ਬਠਿੰਡੇ 'ਚ ਨਾਮ ਲੱਗ ਸਕਦਾ, ਜੇ ਕਿਸੇ ਨੇ ਤੁਹਾਨੂੰ ਕਹਿੰਦਾ ਵੀ ਅਸੀਂ ਔਨਲਾਈਨ ਪਾਉਣੀ ਹੈ ਜੀ, ਉਹਦਾ ਕੋਈ ਹੈ ਕੋਈ ਤਰੀਕਾ? ਦੇਖੋ, ਔਨਲਾਈਨ ਦੇ ਵਿੱਚ ਮੈਂ ਇਹ ਗੱਲ ਕਹਿਣਾ ਸਾਰੇ ਵੀਰਾਂ ਨੂੰ ਵੀ ਔਨਲਾਈਨ ਟਿਕਟ ਨਾ ਪਾਓ, ਕਿਉਂਕਿ ਔਨਲਾਈਨ ਦੇ ਵਿੱਚ ਕੀ ਹੈ, ਜਿਹਦੇ ਹੱਥ 'ਚ ਟਿਕਟ ਆ ਉਹੀ ਮਾਲਕ ਆ। ਕੱਲ੍ਹ ਨੂੰ 3 ਕਰੋੜ ਦਾ ਇਨਾਮ ਲੱਗਦਾ, ਤੁਸੀਂ ਵਟਸਐਪ 'ਤੇ ਟਿਕਟ ਪਾਈ ਬੈਠੇ ਹੋ, ਲੀਗਲ ਨਹੀਂ ਹੈਗਾ, ਅਨਲੀਗਲ ਹੈ। ਅਤੇ ਜਿਹਦੇ ਕੋਲ ਟਿਕਟ ਆ ਉਹ ਮਾਲਕ ਆ, ਮੈਂ ਕੋਲ ਟਿਕਟ ਤਾਂ ਮੈਂ ਮਾਲਕ ਹਾਂ, ਠੀਕ ਆ। ਅਕਸਰ ਨੂੰ ਹੈਗਾ ਤਾਂ ਮੈਂ ਵੀ ਇਨਸਾਨ ਆ, ਮੇਰਾ ਮਨ ਵੀ ਬੇਈਮਾਨ ਹੋ ਸਕਦਾ 3 ਕਰੋੜ ਨੂੰ ਦੇਖ ਕੇ, ਉੱਥੇ ਜਾਣੀ ਤੁਹਾਡਾ ਕੋਈ ਪੱਖ ਨਹੀਂ ਪੂਰਿਆ ਜਾਊਗਾ। ਇਸ ਕਰਕੇ ਮੇਰੀ ਬੇਨਤੀ ਹੈ ਵੀ ਔਨਲਾਈਨ ਤੋਂ ਪਰਹੇਜ਼ ਕਰੋ। ਹਾਂ, ਤੁਸੀਂ ਆਪਣੀ ਟਿਕਟ ਕੋਰੀਅਰ ਕਰਵਾ ਸਕਦੇ ਹੋ ਸਾਡੇ ਕੋਲ, ਫੋਨ ਕਰੋ, ਐਡਰੈਸ ਦਵੋ ਆਪਣਾ, ਪੇਮੈਂਟ ਗੂਗਲ ਪੇ ਕਰਕੇ, ਟਿਕਟ ਦੀ ਹਾਰਡ ਕਾਪੀ ਤੁਹਾਡੇ ਘਰ ਆਏਗੀ ਬਾਏ ਪੋਸਟ। ਬਿਲਕੁਲ, ਉੱਦਾਂ ਪਾ ਸਕਦੇ ਹੋ। ਜੇ ਤੁਸੀਂ ਕੋਈ ਵਟਸਐਪ 'ਤੇ ਟਿਕਟ ਪਾ ਲਓ, ਉੱਦਾਂ ਬੰਦ ਕਰੋ, ਜੋ ਫਰੋਡ ਆ ਵਟਸਐਪ ਤੋਂ ਹੀ ਸ਼ੁਰੂ ਹੁੰਦਾ। ਅਤੇ ਬਾਕੀ ਇੱਥੇ ਗੱਲ ਹੋਰ ਕਲੀਅਰ ਕਰ ਦੇਣਾ ਵੀ ਕਈ ਲੋਕ ਫੇਕ ਸਾਡੇ ਨਾਮ ਦਾ, ਮੇਰਾ ਨਾਮ ਲੈ ਕੇ ਲੋਕਾਂ ਤੋਂ ਪੈਸੇ ਪਵਾ ਲੈਂਦੇ ਨੇ, ਅਤੇ ਉਹਨਾਂ ਨਾਲ 2-3 ਹਜ਼ਾਰ ਦੀ ਠੱਗੀ ਹੋ ਜਾਂਦੀ ਆ, ਠੀਕ ਹੈ। ਉਹਨਾਂ ਲੋਕਾਂ ਨੂੰ ਮੈਂ ਬੇਨਤੀ ਕਰਦਾ ਵੀ ਭਾਈ, ਮੈਂ ਕਿਸੇ ਨੂੰ ਕਾਲ ਨਹੀਂ ਕਰਦਾ, ਮੈਂ ਕਿਸੇ ਨੂੰ ਕਾਲ ਕਰਕੇ ਇਹ ਨਹੀਂ ਕਹਿੰਦਾ ਵੀ ਤੁਸੀਂ ਪੈਸੇ ਪਾ ਦਿਓ। ਜੇਕਰ ਤੁਹਾਨੂੰ ਇੱਦਾਂ ਦੀ ਕੋਈ ਕਾਲ ਆਉਂਦੀ ਆ ਤਾਂ ਸਮਝ ਲਓ ਫੇਕ ਹੈ, ਫਰੋਡ ਆ, ਉਹਨਾਂ ਤੋਂ ਬਚਣਾ ਚਾਹੀਦਾ ਤੁਹਾਨੂੰ, ਠੀਕ ਹੈ ਜੀ। ਕਿਸੇ ਨੂੰ ਪੈਸਾ ਨਾ ਪਾਓ, ਹੋ ਸਕੇ ਤੁਸੀਂ ਮੈਨੂੰ ਮਿਲੋ, ਮੈਂ ਕੋਸ਼ਿਸ਼ ਕਰੂੰਗਾ ਵੀ ਪੰਜਾਬ ਦੇ ਹਰ ਇੱਕ ਕੋਨੇ 'ਚ ਜਾ ਕੇ ਮੈਂ ਮੇਰੇ ਜਿੰਨੇ ਵੀ ਫੋਲੋਵਰ ਨੇ ਮੈਨੂੰ ਪਸੰਦ ਕਰਦੇ ਲੋਕ, ਉਹਨਾਂ ਨੂੰ ਟਿਕਟ ਪਰਚੇਜ਼ ਕਰਾਵਾਂ, ਮੈਂ ਫੁੱਲ ਕੋਸ਼ਿਸ਼ ਕਰੂੰਗਾ। ਬਿਲਕੁਲ ਬਿਲਕੁਲ। ਦੋਸਤੋ, ਸਾਡੇ ਕੋਲ ਵੀ ਕੁਛ ਗੱਲਾਂ ਆਈਆਂ ਸੀਗੀਆਂ ਵੀ ਕਿਸੇ ਨੇ ਪੈਸੇ ਪਵਾ ਲਏ, ਜਦੋਂ ਅਸੀਂ ਇਹਨਾਂ ਨਾਲ ਗੱਲ ਕੀਤੀ ਤਾਂ ਇਹ ਕਹਿੰਦੇ ਸਾਡਾ ਨੰਬਰ ਹੀ ਨਹੀਂ ਹੈਗਾ, ਤਾਂ ਦੋਸਤੋ ਇਹ ਕਿਸੇ ਨੂੰ ਕਦੇ ਪੈਸੇ ਪਵਾਉਣ ਨੂੰ ਨਹੀਂ ਕਹਿੰਦੇ, ਕਲੀਅਰ ਕਰ ਦੇਣਾ ਜੋ ਸਾਡੇ ਨੰਬਰ ਨੇ, ਸਾਡੇ 4 ਨੰਬਰ ਚੱਲ ਰਹੇ ਨੇ, 4 ਤੋਂ ਇਲਾਵਾ ਸਾਡਾ ਕੋਈ ਵੀ ਨੰਬਰ ਨਹੀਂ, ਜੇਕਰ ਉਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਨੰਬਰਾਂ ਦਾ ਸਮਝ ਲਓ ਫੇਕ ਹੈ। ਇੱਕ ਤਾਂ ਸਾਡਾ ਕਾਲਿੰਗ ਨੰਬਰ ਹੈਗਾ 90557 5745 37 78 0 91 15000, ਇਹ 3 ਕਾਲਿੰਗ ਨੰਬਰ ਨੇ। ਚੌਥਾ ਸਾਡਾ ਵਟਸਐਪ ਨੰਬਰ ਹੈ 83379779500, ਇਹ ਸਾਡੇ ਨੰਬਰ ਨੇ। ਅਤੇ ਜਿਹੜੇ ਸਾਡੇ ਅਕਾਊਂਟ ਨੇ, ਬੈਂਕ ਦੇ ਅਕਾਊਂਟ ਨੇ, ਉਹ ਸਾਡਾ ਲਖਵਿੰਦਰ ਸਿੰਘ ਦੇ ਨਾਮ 'ਤੇ ਸੋਊਗਾ, ਇਸ ਤੋਂ ਇਲਾਵਾ ਸਾਡਾ ਕੋਈ ਅਕਾਊਂਟ ਨਹੀਂ ਹੋਊਗਾ। ਜੇਕਰ ਇਸ ਤੋਂ ਇਲਾਵਾ ਕੋਈ ਨੰਬਰ ਹੋਰ ਆ ਰਿਹਾ ਜਾਂ ਕੋਈ ਨਾਮ ਹੋਰ ਆ ਰਿਹਾ ਤਾਂ ਸਮਝ ਲਓ ਤੁਹਾਡੇ ਨਾਲ ਠੱਗੀ ਹੋ ਰਹੀ ਹੈ, ਉੱਥੋਂ ਪਰਹੇਜ ਕਰੋ, ਠੀਕ ਹੈ। ਬੈਂਕ ਦੇ ਬ੍ਰਾਂਚ ਕਿਹੜੀ ਸ਼ੋਅ ਕਰਦੀ ਹੈ ਜੀ ਆਪਾਂ? ਬ੍ਰਾਂਚਾਂ ਸਾਡੀਆਂ ਦੇਖੋ ਜੀ, ਪੰਡਲ ਲਾਟਰੀ, ਜੈਸ ਬੈਂਕ ਅਤੇ ਪੰਜਾਬ ਨੈਸ਼ਨਲ, ਠੀਕ ਹੈ। ਦੋ ਬ੍ਰਾਂਚਾਂ ਸ਼ੋਅ ਕਰਦੀ ਹੈ। ਤਾਂ ਬਿਲਕੁਲ ਦੋਸਤੋ, ਤੁਸੀਂ ਵੀ ਆਪਣੀ ਜਿਹੜੀ ਟਿਕਟ ਆ ਤੁਸੀਂ ਜੇ ਮੰਗਵਾਉਣੀ ਹੈ ਤਾਂ ਆਪਣੇ ਘਰ ਕੋਰੀਅਰ ਕਰਵਾ ਸਕਦੇ ਹੋ, ਕਿਸੇ ਨੂੰ ਵੀ ਔਨਲਾਈਨ ਪੈਸੇ ਪਾਉਣ ਦੀ ਲੋੜ ਨਹੀਂ ਆ, ਵਟਸਐਪ 'ਤੇ ਟਿਕਟ ਮੰਗਵਾਉਣ ਦੀ ਲੋੜ ਨਹੀਂ ਆ। ਇਸ ਤੋਂ ਇਲਾਵਾ ਤੁਹਾਡੇ ਸ਼ਹਿਰ 'ਚ ਕਿਹੜੇ ਦਿਨ ਪੰਡਤ ਜੀ ਆ ਰਹੇ ਨੇ, ਉਹ ਅਪਡੇਟ ਵੀ ਤੁਹਾਨੂੰ ਚੈਨਲ ਦੇ ਰਾਹੀਂ ਮਿਲਦਾ ਰਹੂਗਾ। ਚੈਨਲ ਨੂੰ ਫੋਲੋ ਕਰਕੇ ਰੱਖਿਓ, ਸ਼ੁਕਰੀਆ।